ਦਿਲਬਾਗ ਜੀ ਕੀ ਕਹਿਣਾ ਚਾਹੋਗੇ ਜੀ? ਅੱਛਾ ਜੀ, ਮੈਂ ਦਿਲਬਾਗ ਸਿੰਘ, ਪਿੰਡ ਆਲੇਵਾਲਾ, ਤਹਿਸੀਲ ਜੀਰਾ, ਜ਼ਿਲ੍ਹਾ ਫਿਰੋਜ਼ਪੁਰ। ਆਪਦੇ ਮਾਧਿਅਮ ਰਾਹੀਂ ਦੱਸਣਾ ਚਾਹੁੰਦਾ ਹਾਂ ਕਿ ਸਾਡੇ ਪਿੰਡ ਦੇ ਵਿੱਚ, ਤਕਰੀਬਨ ਹੀ ਸਾਰੇ ਪੰਜਾਬ ਦੇ ਵਿੱਚ, ਜਿਸ ਤਰ੍ਹਾਂ ਤੁਹਾਨੂੰ ਪਤਾ ਹੀ ਹੈ ਕਿ 2 ਮਹੀਨੇ ਦੇ ਲਗਭਗ ਹੋ ਗਏ ਆ ਕਿ ਹੜ੍ਹਾਂ ਨੇ ਸਥਿਤੀ ਸਾਡੇ ਪਿੰਡਾਂ ਦੀ ਬਹੁਤ ਕਮਜ਼ੋਰ ਕਰ ਦਿੱਤੀ ਆ। ਹੜ੍ਹਾਂ ਨੇ ਅੱਤ ਮਚਾਈ ਹੋਈ ਆ, ਜਿਸ ਦੇ ਕਾਰਨ ਸਾਡੇ ਪਿੰਡ ਦੇ ਵਿੱਚ, ਤਕਰੀਬਨ ਸਾਰੇ ਇਲਾਕੇ ਦੇ ਵਿੱਚ ਫਸਲਾਂ ਦੀ ਇੰਨੀ ਜ਼ਿਆਦਾ ਬਰਬਾਦੀ ਹੋਈ ਆ ਕਿ ਇੱਕ ਡੱਕੇ ਦੀ ਫਸਲ ਵੀ ਨਹੀਂ ਰਹਿ ਗਈ। ਜਿੱਥੇ ਫਸਲਾਂ ਦੀ ਬਰਬਾਦੀ ਹੋਈ ਆ, ਉੱਥੇ ਹਰੇ ਚਾਰੇ ਦੀ, ਤੂੜੀ ਦੀ ਵੀ ਬਹੁਤ ਜ਼ਿਆਦਾ ਬਰਬਾਦੀ ਹੋਈ ਆ। ਇਸ ਨੂੰ ਮੁੱਖ ਰੱਖਦੇ ਹੋਏ ਸ਼੍ਰੋਮਣੀ ਅਕਾਲੀ ਦਲ ਬਾਦਲ, ਉਹਨਾਂ ਦੇ ਸਾਡੇ ਹਲਕੇ ਦੇ ਜਥੇਦਾਰ ਸਰਦਾਰ ਜਨਮੇਜਾ ਸਿੰਘ ਜੀ ਸੇਖੋਂ ਸਾਹਿਬ, ਉਹਨਾਂ ਨੇ ਸਾਡੇ ਪਿੰਡ ਦੇ ਵਿੱਚ ਜੋ ਪਿਛਲੇ ਦਿਨੀਂ ਵੀ 4 ਦੀ ਸੇਵਾ ਕੀਤੀ ਸੀ, ਅਤੇ ਹੁਣ ਦੂਜੀ ਵਾਰੀ ਜਿਹੜੀ ਆ ਉਹ 4 ਦੀ ਸੇਵਾ ਕੀਤੀ ਹੈ। ਸੋ ਅਸੀਂ ਹੁਣ ਇਹ ਜਿਹੜਾ 4 ਆ, ਸਾਰੇ ਪਿੰਡ ਨੂੰ ਤਕਰੀਬਨ ਘਰ ਘਰ ਜਾ ਕੇ ਮੁਹੱਈਆ ਕਰਾ ਰਹੇ ਹਾਂ। ਅਸੀਂ ਜਨਮੇਜਾ ਸਿੰਘ ਸੇਖੋਂ ਸਾਹਿਬ ਦਾ, ਸ਼੍ਰੋਮਣੀ ਅਕਾਲੀ ਦਲ ਦਾ ਬਹੁਤ ਬਹੁਤ ਧੰਨਵਾਦ ਕਰਨਾ ਚਾਹੁੰਦੇ ਹਾਂ ਕਿ ਜਿਨ੍ਹਾਂ ਨੇ ਸਾਡੀ ਇਸ ਔਖੇ ਵੇਲੇ 'ਤੇ ਬਾਂਹ ਫੜੀ ਹੈ। ਉਹ ਸਾਡੇ ਡੰਗਰਾਂ ਨੂੰ, ਸਾਡੇ ਜਿੰਨੇ ਪਿੰਡ ਦੇ ਲੋਕ ਨੇ, ਗਰੀਬ ਗੁਰਬਾ ਹੈ, ਸਾਰਿਆਂ ਨੇ ਡੰਗਰ ਰੱਖੇ ਹੋਏ ਆ, ਉਹਨਾਂ ਨੇ ਚਾਰੇ ਦਾ ਪ੍ਰਬੰਧ ਕੀਤਾ। ਅਸੀਂ ਉਹਨਾਂ ਦੇ ਕੋਟਨ ਕੋਟ ਧੰਨਵਾਦੀ ਹਾਂ, ਅਤੇ ਅੱਗੇ ਵੀ ਅਸੀਂ ਆਸ ਕਰਦੇ ਹਾਂ ਔਰ ਬੇਨਤੀ ਵੀ ਕਰਦੇ ਹਾਂ ਕਿ ਜਿਸ ਤਰ੍ਹਾਂ ਪਿੱਛੇ ਸੇਵਾ ਕੀਤੀ ਆ, ਉਸ ਤਰ੍ਹਾਂ ਅੱਗੇ ਵੀ ਸਾਡੀ ਸੇਵਾ ਕਰਦੇ ਰਹਿਣ। ਅਸੀਂ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਡੇ ਪ੍ਰਧਾਨ ਸਾਹਿਬ ਸਰਦਾਰ ਦਿਲਬਾਗ ਸਿੰਘ ਨੇ ਦੱਸ ਦਿੱਤਾ ਕਿ ਹੜ੍ਹਾਂ ਦੇ ਪੀੜਤ ਇਲਾਕੇ ਨੂੰ ਸਰਦਾਰ ਜਨਮੇਜਾ ਜੀ ਸਿੰਘ ਸੇਖੋਂ ਵੱਲੋਂ 2-3 ਵਾਰ, 3ਜੀ ਵਾਰ ਹੋ ਗਿਆ ਵੈਸੇ, ਤਾਂ 3ਜੀ ਵਾਰ ਡੰਗਰਾਂ ਵਾਸਤੇ ਚਾਰਾ ਪਹੁੰਚ ਚੁੱਕਾ। ਅਸੀਂ ਆਪਣੇ ਵੱਲੋਂ ਔਰ ਸਾਰੇ ਇਲਾਕਾ ਨਿਵਾਸੀ ਵੱਲੋਂ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਆਸ ਕਰਦੇ ਹਾਂ ਅੱਗੇ ਤੋਂ ਵੀ ਕਿ ਸਾਡੇ ਨਾਲ ਇਸੇ ਤਰ੍ਹਾਂ ਮੋਢੇ ਨਾਲ ਮੋਢਾ ਜੋੜ ਕੇ ਇਲਾਕੇ ਦੀ ਸੇਵਾ ਕਰਦੇ ਰਹਿਣਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।